वाहेगुरु जी का खालसा वाहेगुरु जी की फतेह। अज जिहड़ी मैं वीडियो बना रहा बहुत बहुत इंपॉर्टेंट है। तुहानू पता है भी 18 तरीक नूं ACP अनिल कोहली की डैथ होई। चलो मैं इस करके नहीं कह रहा कि वह मेरा मित्र सी, इस करके कुछ हड बीतियां जो हुई मैं तो रहा नहीं जा रहा, मैं तुहानू सारयां नूं दसणियां चाहुंदा हां। ਉਹਦੇ ਲਈ ਦੋ ਚੀਜ਼ਾਂ ਦੀ ਡਿਮਾਂਡ ਵੀ ਕਰਨਾ ਚਾਹੁੰਦਾ ਹਾਂ ਸਾਰੇ ਇਸ ਪੰਜਾਬੀਆਂ ਨੂੰ, ਪੰਜਾਬ ਨੂੰ, ਹਿੰਦੁਸਤਾਨ ਨੂੰ, ਦੇਸ਼ ਵਾਸੀਆਂ ਨੂੰ। ਤੁਹਾਨੂੰ ਇਹ ਚੀਜ਼ ਜ਼ਰੂਰ ਮੰਗਣੀ ਪਏਗੀ ਜਿਹੜੀ ਮੈਂ ਅੱਜ ਕਹਿਣ ਜਾ ਰਿਹਾ। ਦੇਖੋ ਉਹ ਬਿਮਾਰ ਹੋਇਆ, 7 ਤਰੀਕ ਨੂੰ ਹਸਪੀਟਲ ਅਪੋਲੋ ਦਾਖਲ ਹੋਇਆ, ਉਸ ਤੋਂ ਬਾਅਦ ਉਸਦਾ ਇਲਾਜ ਚੱਲਿਆ। 10 ਤਰੀਕ ਨੂੰ ਉਹ ਵੈਂਟੀਲੇਟਰ ਤੇ ਆਕਸੀਜਨ ਤੇ ਚਲੇ ਗਿਆ, ਫਿਰ 12 ਨੂੰ ਉਹਨੂੰ ਵੈਂਟੀਲੇਟਰ ਲੱਗ ਗਿਆ। ਜਦੋਂ ਉਹਦੀ 12 ਤਰੀਕ ਨੂੰ ਰਾਤ ਨੂੰ ਪੋਜ਼ਿਟਿਵ ਰਿਪੋਰਟ ਆਈ, ਉਸ ਤੋਂ ਪਹਿਲਾਂ 10 ਤਰੀਕ ਤੱਕ ਉਹ ਪਰਿਵਾਰ ਨੂੰ ਮਿਲਿਆ। ਬੱਚੇ ਜਾਂਦੇ ਸੀ, ਦੇਖ ਕੇ ਆਉਂਦੇ ਸੀ, ਗੱਲ ਕਰ ਆਉਂਦੇ ਸੀ, ਪਰ ਲਾਸਟ 10 ਤਰੀਕ ਨੂੰ ਜਦੋਂ ਉਹਨੂੰ ਆਕਸੀਜਨ ਲੱਗਣੀ ਸੀ ਤਾਂ ਉਸ ਤੋਂ ਬਾਅਦ ਉਹਦਾ ਫੋਨ ਲੈ ਲਿਆ ਗਿਆ, ਉਸ ਨਾਲ ਗੱਲ ਨਹੀਂ ਹੋਈ। 12 ਤਰੀਕ ਨੂੰ ਉਹਦੀ ਰਿਪੋਰਟ ਪੋਜ਼ਿਟਿਵ ਆ ਗਈ, ਉਸ ਤੋਂ ਬਾਅਦ ਉਹਦਾ ਫੋਨ ਬੰਦ ਕਰਕੇ ਰੱਖਤਾ। ਉਸ ਤੋਂ ਬਾਅਦ ਪਰਿਵਾਰ ਨਹੀਂ ਮਿਲ ਸਕਿਆ, ਨਾ ਬੱਚੇ ਮਿਲ ਸਕੇ, ਨਾ ਵਾਈਫ ਮਿਲ ਸਕੀ, ਕੋਈ ਵੀ ਨਹੀਂ ਮਿਲ ਸਕਿਆ। 18 ਤਰੀਕ ਨੂੰ 2:30 ਵਜੇ ਉਹਦੀ ਡੈਥ ਹੋ ਗਈ। ਅਸੀਂ ਸਾਰੇ ਸੰਸਕਾਰ ਤੇ ਗਏ, ਜੋ ਸਾਨੂੰ ਫਾਰਮੈਲਿਟੀ ਫਾਲੋ ਕਰਨ ਲਈ ਕਿਹਾ ਅਸੀਂ ਕੀਤੀਆਂ, ਸੰਸਕਾਰ ਹੋ ਗਿਆ। ਪਰ ਉਹਦੀ ਵਾਈਫ ਨੂੰ ਉਸ ਦਿਨ ਉਹਦੀ ਜਿਹੜੀ ਰਿਪੋਰਟ ਸੀ ਪੋਜ਼ਿਟਿਵ ਆ ਚੁੱਕੀ ਸੀ 2 ਦਿਨ ਪਹਿਲਾਂ, ਉਹਦੀ ਵਾਈਫ ਆਪਣੇ ਲਾਸਟ ਵੇਲੇ ਪਤੀ ਨੂੰ ਵੀ ਵੇਖ ਨਹੀਂ ਸਕੀ, ਤਾਂ ਉਹਨੂੰ ਉੱਥੇ ਦਾਖਲ ਕਰ ਲਿਆ ਗਿਆ। ਉਸ ਤੋਂ ਬਾਅਦ ਉਹਨੂੰ ਫੋਰਟੀ 'ਚ ਦਾਖਲ ਕੀਤਾ, ਸ਼ਾਮ ਨੂੰ ਸ਼ਿਫਟ ਕਰ ਦਿੱਤਾ ਗਿਆ। ਪਰ ਉਹਦੇ ਸਿਮਟਮ ਅੱਜ ਵੀ ਠੀਕ ਨੇ, ਕੋਈ ਇੱਦਾਂ ਦੀ ਮਤਲਬ ਨਾ ਢਿੱਲੀ ਆ, ਨਾ ਬਿਮਾਰ ਆ, ਨਾ ਵਾਹਿਗੁਰੂ ਸਾਡੀ ਭੈਣ ਲੱਗਦੀ ਇੱਕ ਤਰ੍ਹਾਂ ਦੀ, ਕਿਉਂਕਿ ਉਹਦੀ ਵਾਈਫ ਸੀ ਮੇਰਾ ਦੋਸਤ ਸੀ, ਅੱਜ ਉਹ ਮੈਂ ਆਪਣੀ ਸਿਸਟਰ ਦੀ ਤਰ੍ਹਾਂ ਉਹਨੂੰ ਸਮਝ ਰਿਹਾ, ਕਿਉਂਕਿ ਬਹੁਤ ਵੱਡੀ ਮੁਸੀਬਤ 'ਚ। ਤਾਂ ਸਰਕਾਰ ਨੂੰ ਚਾਹੀਦਾ ਸੀ ਇੱਕ ਤਾਂ ਉਸ ਪਰਿਵਾਰ ਨੂੰ ਇੰਸ਼ੋਰੈਂਸ ਦੇਣ ਦੀ, ਅੱਜ ਦਵੇ ਲੈਟਰ ਦਵੇ ਵੀ ਹਾਂ ਤੇਰੇ ਬੇਟੇ ਨੂੰ ਅਸੀਂ ਸਬ ਇੰਸਪੈਕਟਰ ਜਾਂ ਜੋ ਵੀ ਭਰਤੀ ਕਰਨਾ ਅਸੀਂ ਕਰਾਂਗੇ। ਦੂਸਰਾ, ਕੱਲ੍ਹ ਜਿਹੜੀ ਘਟਨਾ ਵਾਪਰੀ ਹੋਸਪਿਟਲ ਦੇ ਵਿੱਚ, ਉਹਦਾ ਫੋਨ ਫੜ ਲਿਆ ਗਿਆ ਕਿ ਤੂੰ ਆਪਣੇ ਬੱਚਿਆਂ ਨੂੰ ਵੀਡੀਓ ਕਾਲ ਕਰਨੀ ਹੈ। ਉਹਦਾ ਫੋਨ ਫੜ ਕੇ ਪਤਾ ਨਹੀਂ, ਕਹਿੰਦੇ ਕ੍ਰਾਈਮ ਬ੍ਰਾਂਚ ਨੇ ਫੜਿਆ, ਡਾਕਟਰਾਂ ਨੇ ਫੜਿਆ, ਅਸੀਂ ਕ੍ਰਾਈਮ ਬ੍ਰਾਂਚ ਨੂੰ ਵੀ ਪੁੱਛਿਆ, ਡਾਕਟਰਾਂ ਨੂੰ ਵੀ ਪੁੱਛਿਆ, ਪਰ ਉਹ ਕਹਿੰਦੇ ਨੇ ਅਸੀਂ ਫੋਨ ਸੈਨੇਟਾਈਜ਼ਰ ਕਰਨਾ ਸੀ, ਇਸ ਕਰਕੇ ਉਹਦਾ ਫੋਨ ਅਸੀਂ ਫੜ ਲਿਆ। ਯਾਰ ਮੈਨੂੰ ਇੱਕ ਗੱਲ ਦੱਸੋ, ਤੁਸੀਂ ਫੋਨ ਤਾਂ ਫੜ ਲਿਆ ਜਿਸ ਨੇ ਆਪਣੇ ਮਰੇ ਪਤੀ ਦਾ ਮੂੰਹ ਨਹੀਂ ਦੇਖਿਆ ਅੱਜ ਤੱਕ, ਇੱਕ ਬੇਟਾ ਉਹਦਾ ਕੈਨੇਡਾ 'ਚ, ਇੱਕ ਬੇਟਾ ਉਹਦਾ 20 ਸਾਲਾਂ ਦਾ ਰੂਰ ਹਿਮਾਚਲ ਆ, ਉਹ ਆਪਣੇ ਬੱਚਿਆਂ ਨੂੰ ਨਹੀਂ ਮਿਲ ਸਕਦੀ, ਇਕੱਲੀ ਕਮਰੇ ਦੇ ਵਿੱਚ ਬੰਦ ਆ ਉਹ। ਯਾਰ ਵੀਡੀਓ ਕਾਲ ਕਿਉਂ ਨਹੀਂ ਕਰਨ ਦਿੰਦੇ, ਕਰੇ ਉਹ ਵੀਡੀਓ ਕਾਲ। ਤੁਸੀਂ ਉਹਨੂੰ ਸਗੋਂ CM ਸਾਹਿਬ ਨੂੰ ਹੱਥ ਬੰਨ ਕੇ ਬੇਨਤੀ ਆ, ਤੁਸੀਂ SHO ਸਾਹਿਬ ਨੂੰ ਵੀਡੀਓ ਕਾਲ ਕੀਤੀ, ਉਹ ਪੋਜ਼ਿਟਿਵ ਸੀ, ਤੁਹਾਡਾ ਦਿਲ ਕੀਤਾ ਤੁਸੀਂ ਕੀਤੀ ਨਾ ਵੀ ਹਾਂ ਮੈਂ ਉਹਦਾ ਪਤਾ ਲਾਉਣਾ। ਕੀ ਉਸ ਪਰਿਵਾਰ ਦਾ ਜ਼ਿਕਰ ਨਹੀਂ ਕਰਦਾ ਕਿ ਅਸੀਂ ਆਪਣੀ ਮੰਮਾ ਨਾਲ ਗੱਲ ਕਰੀਏ ਜਾਂ ਸਾਡੀ ਮਾਂ ਕਿੱਦਾਂ? ਇਸ ਕਰਕੇ ਹੱਥ ਬੰਨ ਕੇ ਬੇਨਤੀ ਆ, ਜਿਹੜਾ ਵੀ ਕੋਰੋਨਾ ਦਾ ਮਰੀਜ਼ ਪ੍ਰਾਈਵੇਟ ਹਸਪੀਟਲ ਦਾਖਲ ਹੁੰਦਾ, ਤੁਸੀਂ ਕੈਮਰੇ ਲਾਓ CM ਸਾਹਿਬ, ਹਦਾਇਤ ਕਰੋ 2 ਦਿਨ ਦੇ ਵਿੱਚ ਵਿੱਚ ਕੈਮਰੇ ਲੱਗੇ ਹੋਣ, ਤੁਸੀਂ ਨਹੀਂ ਨੇੜੇ ਜਾ ਸਕਦੇ, ਤੁਸੀਂ ਕੈਮਰੇ 'ਚ ਉਹਨਾਂ ਨੂੰ ਆਪਣੇ ਉਹਦੇ ਪਿਓ ਦੀ, ਉਹਦੇ ਪੁੱਤ ਦੀ, ਬੱਚਿਆਂ ਨੂੰ, ਜਿਸ ਜੋ ਵੀ ਘਰ ਦਾ ਮੈਂਬਰ ਆ ਜੋ ਬਿਮਾਰ ਹੋਇਆ ਉਹਦੀ ਫੋਟੋ ਦੇਖ ਸਕੇ, ਉਹਦੀ ਵੀਡੀਓ ਕਾਨਫਰੰਸਿੰਗ ਹੋ ਸਕੇ, ਉਹਦੇ ਨਾਲ ਤੁਸੀਂ ਵੀਡੀਓ ਤੇ ਕਾਲ ਕਰੋ, ਉਹਦੀ ਰਿਕਾਰਡਿੰਗ 24 ਆਵਰਸ ਹੋਵੇ, ਡਾਕਟਰ ਸਾਡੇ ਕੀ ਕਰ ਰਿਹਾ। ਬੇਸ਼ੱਕ ਇਹਦੀ ਮੈਡੀਸਨ ਨਹੀਂ ਬਣੀ, ਸਾਨੂੰ ਪਤਾ ਮੈਡੀਸਨ ਨਹੀਂ ਬਣੀ, ਬਟ ਜੋ ਵੀ ਇਲਾਜ ਘੱਟੋ ਘੱਟ ਉਹ ਜਾਂਦੇ ਜੀ ਨੂੰ ਤਾਂ ਦੇਖ ਸਕਣ ਵੀ ਸਾਡਾ ਮਾਂ ਚੱਲਿਆ, ਸਾਡਾ ਪਿਓ ਚੱਲਿਆ, ਜਿਹੜਾ ਢਿੱਲਾ ਹੋਇਆ ਹੋਇਆ ਉਹਨੇ ਪਤਾ ਨਹੀਂ ਘਰ ਆਉਣਾ ਕਿ ਨਹੀਂ ਹੋਣਾ। ਇਹ ਬੜੀ ਲੰਬੀ ਲੜਾਈ ਹੈ ਜਿਹੜੀ ਆਪਾਂ ਲੜ ਰਹੇ ਹਾਂ। ਇਸ ਕਰਕੇ ਮਹਿਕਮੇ ਵਾਲਿਆਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਪਲੀਜ਼, ਇਹ ਬਿਮਾਰੀ ਪਤਾ ਨਹੀਂ ਕਦੋਂ ਕਿਹਦੇ ਕਿਸ ਤੇ ਆ ਜਾਣੀ, ਇਹਨੇ ਮਜ਼ਮ ਨਹੀਂ ਦੇਖਣਾ, ਇਹਨੇ ਅਫਸਰ ਨਹੀਂ ਦੇਖਣਾ, ਇਹਨੇ ਗਰੀਬ ਨਹੀਂ ਦੇਖਣਾ, ਅਮੀਰ ਨਹੀਂ ਦੇਖਣਾ। ਪਰ ਜੋ ਉਸ ਨਾਲ ਹੋਇਆ ਪਰਮਾਤਮਾ ਕਿਸੇ ਨਾਲ ਨਾ ਕਰੇ, ਉਹ ਅੱਜ ਵੀ ਉਹਦੇ ਫੁੱਲ ਟੰਗੇ ਪਏ ਨੇ ਵੀ ਉਹਦੀ ਵਾਈਫ ਨੂੰ ਛੁੱਟੀ ਮਿਲੇ, ਉਹ ਨੈਗੇਟਿਵ ਆਵੇ ਤੇ ਉਹ ਫੁੱਲਾਂ ਨੂੰ ਗੱਲ ਲੱਗ ਕੇ ਰੋ ਸਕੇ। ਤੁਸੀਂ ਤੁਸੀਂ ਦੇਖੋ ਕਿਹੋ ਜਿਹੀ ਤਰਸ ਦੀ ਮੌਤ ਆ ਵੀ ਉਹ ਆਪਣੇ ਪਤੀ ਦੀ ਲਾਸਟ ਸ਼ਕਲ ਤੱਕ ਨਹੀਂ ਦੇਖ ਸਕੀ। ਮੈਂ ਇਸ ਕਰਕੇ ਬੇਨਤੀ ਕਰਨਾ CM ਸਾਹਿਬ ਨੂੰ ਵੀ ਸਾਰੇ ਪ੍ਰਾਈਵੇਟ ਹਸਪਿਟਲਾਂ 'ਚ ਕੈਮਰੇ ਲਾਓ, ਜੋ ਕੋਰੋਨਾ ਦਾ ਮਰੀਜ਼ ਆ ਉਹ ਸਵੇਰ ਸ਼ਾਮ ਆਪਣੇ ਘਰ ਵੀਡੀਓ ਕਾਨਫਰੰਸਿੰਗ ਤੇ ਗੱਲ ਕਰ ਸਕੇ, ਦੇਖ ਸਕੇ, ਔਰ ਉਹਦੀ ਉਹਦੀ ਵਾਈਫ ਦੀ, ਸਾਡੀ ਭੈਣ ਦੀ ਕੇਅਰ ਕੀਤੀ ਜਾਵੇ, ਉਹਦਾ ਧਿਆਨ ਰੱਖਿਆ ਜਾਵੇ। CM ਸਾਹਿਬ ਉਹਦੇ ਨਾਲ ਵੀਡੀਓ ਕਾਨਫਰੰਸ ਤੇ ਉਹਦਾ ਹਾਲ ਚਾਲ ਪੁੱਛਣ ਵੀ ਤੂੰ ਇੱਕ ਸ਼ਹੀਦ ਦੀ ਪਤਨੀ ਹੈ ਵੀ ਤੈਨੂੰ ਅਸੀਂ ਇੰਸ਼ੋਰੈਂਸ ਦਿੰਦੇ ਹਾਂ, ਤੂੰ ਚਿੰਤਾ ਨਹੀਂ ਕਰਨੀ, ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਅੱਜ ਮੈਂ ਮਹਿਕਮੇ ਵਾਲੇ ਨੂੰ ਵੀ ਕਹਿਣਾ ਚਾਹੁੰਦਾ ਜੋ ਉਹਦੇ ਬੈਚਮੇਟ ਨੇ ਜੋ ਪੰਜਾਬ ਪੁਲਿਸ ਦੇ ਵਿੱਚ ਨੇ ਵੀ ਥੋੜਾ ਜਿਹਾ ਵਕਤ ਪਤਾ ਨਹੀਂ ਕਦੋਂ ਕਿਸੇ ਤੇ ਆ ਜਾਣਾ, ਉਹਦਾ ਸਾਥ ਦਿਓ, ਸਾਡੀ ਭੈਣ ਦਾ ਸਾਥ ਦਿਓ, ਇੰਸ਼ੋਰੈਂਸ ਲਵੋ ਕਿ ਉਹਦੇ ਬੱਚੇ ਨੂੰ ਆਹ ਅਸੀਂ ਜੋਬ ਦੇ ਦਿੱਤੀ, ਪਲੱਸ 2 ਕੀਤੀ ਹੋਈ ਆ, 20 ਸਾਲ ਦਾ ਬੱਚਾ,
ਵੀ ਆਹ ਅਸੀਂ ਉਹਨੂੰ ਲੈਟਰ ਦੇ ਰਹੇ ਹਾਂ। ਪਲੀਜ਼ ਹੱਥ ਬੰਨ ਕੇ ਬੇਨਤੀ ਆ, ਵੀਡੀਓ ਨੂੰ ਸ਼ੇਅਰ ਵੀ ਕਰਿਓ। ਸੀਐਮ ਸਾਹਿਬ ਨੂੰ ਵੀ ਮੈਂ ਫਿਰ ਬੇਨਤੀ ਕਰਦਾ ਵੀ ਉਸ ਪਰਿਵਾਰ ਤੇ ਥੋੜਾ ਹੱਥ ਰੱਖੋ, ਇੱਕ ਵਾਰੀ ਉਹਦੇ ਨਾਲ ਵੀਡੀਓ ਕਾਨਫਰੰਸ ਜ਼ਰੂਰ ਉਹਦੀ ਵਾਈਫ ਨਾਲ ਕਰੋ, ਉਹਦਾ ਹਾਲ ਚਾਲ ਪੁੱਛੋ, ਉਹਨੂੰ ਕੀ ਮੁਸੀਬਤ ਅੰਦਰ ਪੈ ਰਹੀ ਹੈ। ਉਹਦੇ ਨਾਲ ਸਾਡੀ ਕੱਲ ਦੀ ਲਾਸਟ ਗੱਲ ਹੋਈ ਹੋਈ ਆ, ਫੋਨ ਫੜਨ ਤੋਂ ਪਹਿਲਾਂ ਉਹਨੇ ਕਿਹਾ ਸੀ ਮੇਰਾ ਹੁਣ ਫੋਨ ਫੜ ਲਿਆ ਬਈਆ, ਮੈਂ ਬਾਤ ਨਹੀਂ ਕਰ ਪਾਊਂਗਾ। ਇਸ ਕਰਕੇ ਆਹ ਦੇਖੋ ਹੱਥ ਬੰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।